ਨੂੰ ਲਾਸਟ ਆਪਾਂ ਕੁਐਸਚਨ ਛੱਡਿਆ ਸੀਗਾ 15 ਨੰਬਰ ਕਿ ਵਾਟ ਇਜ਼ ਦਾ ਮੈਕਸਿਮ ਬਲੱਡ ਐਲਕੋਹਲ ਲੈਵਲ ਅਲੋਟ ਫॉर ਨਿਊ ਡਰਾਈਵਰਸ ਠੀਕ ਹੈ ਜੀ ਹੁਣ ਆਪਾਂ ਸਟਾਰਟ ਕਰਦੇ ਹਾਂ ਨੈਕਸਟ ਕੁਐਸਚਨ 16 ਨੰਬਰ ਜੋ ਕਿ ਹੈ ਅੰਡਰ ðiਸ ਸਰਕਮਸਟੈਂਸਸ ਵਾਟ ਇਜ਼ ਦਾ ਕਾਰੈਕਟ ਸੇਫਟੀ ਡਿਸਟੈਂਸ ਕਿ ਰੋਡ ਦੇ ਉੱਪਰ ਜੋ ਜਿੱਦਾਂ ਤਾਂ ਰੋਡ ਦੇਖ ਰਿਹਾ ਇਹਦੇ ਉੱਪਰ ਕਿਹੜਾ ਸੇਫਟੀ ਡਿਸਟੈਂਸ ਸਹੀ ਰਹੇਗਾ ਗੱਡੀ ਚਲਾਉਂਦੇ ਹੋਏ অপশন এ হাজি 80 মিটার বি হাজি 90 মিটার সি হাজি দা ডিসটেন্স दट এলাউস টু স্টপ উইদাউট ক্রাশিং উইথ দা ভেহিকেল ইন দা ফ্রন্ট তে ਦਾ ਅਨਸਰ ਹੈ ਜੀ ਸੀ ਕਿ ਇਨਾਕ ਫਾਸਲਾ ਕਿ ਜਿਹੜਾ ਤੁਹਾਨੂੰ ਅਲਾਉ ਕਰੇ ਕਿ ਅਗਰ ਤੁਹਾਨੂੰ ਬ੍ਰੇਕ ਲਾਉਣੀ ਪੈਂਦੀ ਹੈ ਇਕਦਮ ਤਾਂ ਤੁਹਾਡੀ ਗੱਡੀ ਅਗਲੀ ਗੱਡੀ ਦੇ ਨਾਲ ਨਾ ਟਕਰਾਵੇ ਨਾ ਕ੍ਰੈਸ਼ ਕਰੇ ਠੀਕ ਹੈ ਜੀ ਨੈਕਸਟ ਕੁਐਸਚਨ ਹੈ ਜੀ ਆਰ ਯੂ ਅਲਾਉਡ ਟੂ ਵਾਰਨ ਦਾ ਡਰਾਈਵਰ ਇਨ ਫਰੰਟ ਆਫ ਯੂ ਥੈਟ ਯੂ ਆਰ ਅਬਾਊਟ ਟੂ ਓਵਰਟੇਕ ਬਾਈ ਫਲੈਸ਼ਿੰਗ ਯੂਅਰ ਲਾਈਟਸ ਕੁਐਸਚਨ ਹੈ ਜੀ ਕਿ ਤੁਹਾਨੂੰ ਇਸ ਚੀਜ਼ ਦੀ anumati kailo ja ਤੁਹਾਨੂੰ ਇਹ ਚੀਜ਼ ਅਲਾਉ ਹੈਗੀ ਹੈ ਕਿ ਤੁਸੀਂ ਅਗਰ ਆਪਣ ਤੋਂ ਅੱਗੇ ਜਾ ਰਹੀ ਗੱਡੀ ਦੇ ਡਰਾਈਵਰ ਨੂੰ ਓਵਰਟੇਕ ਕਰਨਾ ਹੈ ਤਾਂ ਤੁਸੀਂ ਆਪਣੀ ਗੱਡੀ ਦੀਆਂ ਲਾਈਟਾਂ ਦੀ ਫਲੈਸ਼ ਮਾਰ ਸਕਦੇ ਹੋ ਆਪਸ਼ਨ ਐ ਹੈਗਾ ਜੀ A No B Yes ਇਹਦੇ ਵਿੱਚ ਆਪਸ਼ਨ ਆਨਸਰ ਹੈ ਜੀ Yes ਤੁਸੀਂ ਫਲੈਸ਼ ਮਾਰ ਸਕਦੇ ਹੋ ਨੈਕਸਟ ਕੁਐਸਚਨ ਹੈ ਜੀ ਇਸ ਥਿਸ ਵਹੀਕਲ ਪੋਜੀਸ਼ਨਡ ਕਾਰੈਕਟਲੀ ਟੂ ਡੂ ਅ ਯੂ ਟਰਨ ਕਿ ਜਿਹੜਾ ਗੱਡੀ ਖੜੀ ਹੈ ਰੋਡ ਦੇ ਉੱਪਰ ਇਹਨੇ ਆਪਣੇ ਆਪ ਨੂੰ ਸਹੀ ਖੜੀ ਕੀਤਾ ਹੈ ਜੇ ਇਹਨੇ ਯੂ ਟਰਨ ਲੈਣਾ ਹੈ ਤਾਂ ਜੀ ਇਹਦਾ ਆਨਸਰ ਹੈ Yes ਰੀਜ਼ਨ ਉਹਦਾ ਇਹ ਹੈ ਕਿ ਇੱਕ ਤਾਂ ਉਹ ਜਿਹੜੀ ਸੈਂਟਰ ਲਾਈਨ ਨੂੰ ਕ੍ਰੋਸ ਨਹੀਂ ਕੀਤਾ ਉਹਨੇ ਤੇ ਇੱਕ ਲੈਫਟ ਹੈਂਡ ਸਾਈਡ ਉਨੇ ਖੜੀ ਕੀਤੀ ਹੈ ਰਾਈਟ ਸਾਈਡ ਤੋਂ ਉਹਨੂੰ ਕੋਈ ਵੀ ਕ੍ਰੋਸ ਕਰ ਸਕਦਾ ਹੈ ਨੈਕਸਟ ਕੁਐਸਚਨ ਹੈ ਜੀ ਵਟ ਡਸ ਥਿਸ ਰੋਡ ਸਾਈਨ ਇੰਡੀਕੇਟ ਜਿਹੜਾ ਇੱਕ ਰੋਡ ਸਾਈਨ ਹੈਗਾ ਰਾਈਟ ਹੈਂਡ ਸਾਈਡ ਤੇ ਉਹ ਸਾਨੂੰ ਕੀ ਦੱਸ ਰਿਹਾ ਹੈ অপਸ਼ਨ ਏ ਹੈਗਾ ਜੀ ਡਰਾਈਵਿੰਗ ਇਨ ਬੋਥ ਡਾਇਰੈਕਸ਼ਨ ਬੀ ਹੈ ਜੀ ਰਾਈਟ ਆਫ ਵੇ ਇਨ ਦਾ ਆਪੋਜ਼ਿਟ ਡਾਇਰੈਕਸ਼ਨ ਸੀ ਹੈ ਜੀ ਰੋਡ ਵਿਦ ਟੂ ਲੇਨਸ ਫਾਰ ਟ੍ਰੈਫਿਕ ਇਨ ਦਾ ਸੇਮ ਡਾਇਰੈਕਸ਼ਨ ਤੇ ਇਹਦਾ ਆਨਸਰ ਹੈ ਜੀ ਏ ਡਰਾਈਵਿੰਗ ਇਨ ਬੋਥ ਡਾਇਰੈਕਸ਼ਨ ਇਹ ਸਾਈਨ ਤੁਹਾਨੂੰ ਸ਼ੋ ਕਰ ਰਿਹਾ ਹੈ ਨੈਕਸਟ ਕੁਐਸਚਨ ਆ ਗਿਆ ਜੀ ਯੂ ਆਰ ਗੈਟਿੰਗ ਟੂ ਅ ক্লোਜ਼ਡ ਮੂਵੇਬਲ ਬ੍ਰਿਜ ਵਿਦ ਦਾ ਬੈਰੀਅਰਸ অর ਹਾਫ ਬੈਰੀਅਰਸ ਸਟਿਲ ਇਨ ਮੋਸ਼ਨ ਵਾਟ ਡਸ ਯੂ ਡੂ ਵਾਟ ਸ਼ੁੱਡ ਯੂ ਡੂ ਕਿ ਤੁਸੀਂ ਇੱਕ ਮੂਵੇਬਲ ਬ੍ਰਿਜ ਦੇ ਨੇੜੇ ਹੈਗੇ ਹੋ ਤੇ ਉੱਥੇ ਜਿਹੜੇ ਬੈਰੀਅਰਸ ਲੱਗੇ ਆ ਉਹ ਹਜੇ ਮਤਲਬ ਉੱਪਰ ਉੱਠ ਰਹੇ ਆ ਹਜੇ ਮਤਲਬ ਟੋਟਲੀ ਪੂਰੇ ਉੱਪਰ ਉੱਠੇ ਨਹੀਂ ਹੈਗੇ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਆਪਸ਼ਨ ਏ ਹੈ ਜੀ ਲੁੱਕ ਫਾਰ ਐਨ ਅਲਟਰਨੇਟਿਵ ਐਗਜ਼ਿਟ ਬੀ ਹੈ ਜੀ ਸਟਾਪ ਔਨ ਦਾ ਕੋਰਸਪੋਂਡਿੰਗ ਲੇਨ ਸੀ ਹੈ ਜੀ ਗੋ ਥਰੂ ਕੁਇਕਲੀ ਬਿਫੋਰ ਦਾ ਬੈਰੀਅਰਸ ਕਮ ਡਾਊਨ ਤੇ ਦਾ ਆਨਸਰ ਹੈ ਜੀ ਸਟਾਪ ਔਨ ਦਾ ਕੋਰਸਪੋਂਡਿੰਗ ਲੇਨ ਕਿ ਤੁਹਾਨੂੰ ਆਪਣੀ ਲੇਨ ਦੇ ਵਿੱਚ ਵੇਟ ਕਰਨੀ ਚਾਹੀਦੀ ਹੈ ਜਦ ਤੱਕ ਬੈਰੀਅਰਸ ਪੂਰੇ ਉੱਪਰ ਨਹੀਂ ਉੱਠ ਜਾਂਦੇ 21 ਨੰਬਰ ਕੁਐਸਚਨ ਹੈ ਜੀ ਐਟ ਦਿਸ ਇੰਟਰਸੈਕਸ਼ਨ ਵਿਦਆਊਟ ਸਿਗਨਲਿੰਗ ਮਸਟ ਦਾ ਡਰਾਈਵਰ ਆਫ ਦਾ ਰੈਡ ਵਹੀਕਲ ਗਿਵ ਵੇ ਟੂ ਦਾ ਸਾਈਕਲਿਸਟ ਕਿ ਇੱਕ ਸਾਈਕਲਿਸਟ ਆ ਰਿਹਾ ਹੈ ਰੈਡ ਲੈਫਟ ਹੈਂਡ ਸਾਈਡ ਤੋਂ ਕਿ ਉਹਨਾਂ ਨੂੰ ਰਾਹ ਦੇਣਾ ਬੰਦ ਹੈ ਲਾਲ ਗੱਡੀ ਦਾ ਆਪਸ਼ਨ ਹੈ ਜੀ ਯੈਸ ਬਿਕੋਜ਼ ਸਾਈਕਲਿਸਟ ਆਲਵੇਸ ਹੈਵ ਦਾ ਰਾਈਟ ਆਫ ਵੇ ਬੀ ਹੈ ਜੀ ਨੋ ਬਿਕੋਜ਼ ਦਾ ਜਨਰਲ ਰੂਲ ਅਪਲਾਈ ਸੀ ਹੈ ਜੀ ਨੋ ਬਾਈਸਾਈਕਲਸ ਆਰ ਨਾਟ ਮੋਟਰਾਈਜ਼ਡ ਵਹੀਕਲਸ ਐਂਡ ਨੈਵਰ ਹੈਵ ਦਾ ਰਾਈਟ ਆਫ ਵੇ ਤੇ ਦਾ ਅਨਸਰ ਹੈ ਜੀ नो बिकॉज द जनरल रूल्स अप्लाई के, रा yes, right no, no, right no, के right राइट ऑफ वे अगर वो राइट असेंट साइड तो आंदे होंदे साइकिल तो ओना दी पैसी हुन ओना दी नहीं है तेदा बी आंसर है जी ਨੈਕਸਟ ਕੁਐਸਚਨ ਹੈਗਾ ਜੀ ਆ ਵਹੀਕਲ ਇਜ਼ ਗੋਇੰਗ ਐਟ 90 ਕਿਲੋਮੀਟਰ ਪਰ ਆਰ ਅਲੋਂਗ ਥਿਸ ਇੰਟਰ ਸਿਟੀ ਰੋਡ ਇਜ਼ ਥਿਸ ਕਰੈਕਟ ਸਪੀਡ ਕੇ ਇੱਕ ਗੱਡੀ 90 ਕਿਲੋਮੀਟਰ ਪਰ ਆਰ ਦੀ ਸਪੀਡ ਤੇ ਜਾ ਰਹੀ ਹੈ 90 ਤੇ ਇੱਕ ਗੱਡੀ ਜਾ ਰਹੀ ਹੈ ਤੇ ਇਸ ਰੋਡ ਦੇ ਉੱਪਰ ਜਿਹੜਾ ਆਪਣੇ ਫੋਟੋ ਦੇ ਵਿੱਚ ਦੇਖ ਰਿਹਾ ਤੇ ਸਪੀਡ ਠੀਕ ਹੈ ਆਪਸ਼ਨ ਹੈਗੇ ਜੀ ਏ ਯੈਸ ਐਟ ਥਿਸ ਐਜ਼ ਥਿਸ ਇਜ਼ ਦਾ ਮੈਕਸਿਮਮ ਸਪੀਡ ਲਿਮਟ ਅਲਾਉਡ ਬੀ ਯੈਸ as there is no traffic c a ji no it is excessive due to the state of the road taida answer hai ji no it is excessive due to the state of road even ke tusi gaddi 90 te chala sakde ho is tarah de roads de upar lekin road di halat itni vadiya nahi hai gi is karke 90 di speed 90 di speed theek nahi hai ji ta apna answer ho gaya c ਨੈਕਸਟ ਕੁਐਸਚਨ ਹੈ ਜੀ ਦਾ ਐਰੋ ਐਰੋਜ਼ ਮਾਰਕਡ ਔਨ ਦਾ ਲੇਨ ਕਿ ਜਿਹੜੇ ਐਰੋਜ਼ ਲੈਫਟ ਹੈਂਡ ਸਾਈਡ ਤੇ ਮਾਰਕ ਕੀਤੇ ਹੋਏ ਰੋਡ ਦੇ ਉੱਪਰ ਉਹ ਕੀ ਦੱਸ ਰਹੇ ਹੈ ਆਪਸ਼ਨ A ਹੈ ਜੀ ਸ਼ੋ ਦਾ ਡਾਇਰੈਕਸ਼ਨ ਆਫ ਦਾ ਨੈਕਸਟ ਐਗਜ਼ਿਟ ਬ੍ਰਾਂਚ B ਸਨੋ ਸ਼ੋ ਅ ਸੋਲਿਡ ਲਾਈਨ ਅਹੈਡ C ਸਿਗਨਲ ਥੈਟ ਦਾ ਲੇਨ ਅਫੈਕਟਿਡ ਬਾਈ 뎀 ਇਜ਼ ਅਬਾਊਟ ਵਨ ਇਹਦਾ ਆਨਸਰ ਹੈ ਜੀ C ਕਿ ਇਹ ਸਾਈਨ ਜਿਹੜੇ ਲੈਫਟ ਹੈਂਡ ਸਾਈਡ ਤੇ ਹੈਗੇ ਆ ਸਾਨੂੰ ਦੱਸ ਰਿਹਾ ਕਿ ਇਹ ਲੇਨ ਬਹੁਤ ਜਲਦੀ ਖਤਮ ਹੋਣ ਜਾ ਰਹੀ ਹੈ ਜੀ ਠੀਕ ਹੈ ਜੀ ਨੈਕਸਟ ਕੁਐਸਚਨ ਹੈ ਜੀ 24 ਨੰਬਰ ਦਾ ਇਫੈਕਟਿਵਨੈਸ ਆਫ ਦਾ 에ਅਰ ਬੈਗ ਇਜ਼ ਗਾਰੰਟੀਡ ਵੈਨ ਇਟ ਇਜ਼ ਯੂਜ਼ਡ ਕਿ ਜਿਹੜੀ ਮਤਲਬ 에ਅਰ ਬੈਗ ਹੁੰਦੀ ਹੈ ਗੱਡੀ ਦੇ ਵਿੱਚ ਉਹ ਵਧੀਆ ਤਰੀਕੇ ਨਾਲ ਜਾਂ ਗਾਰੰਟੀ ਦੇ ਤੌਰ ਤੇ ਕੰਮ ਕਰਦੇ ਆ ਅਗਰ ਆਪਸ਼ਨ ਦੇ ਵਿੱਚ ਆਪਣੇ ਹੈਗੇ ਜੀ ਇਹ ਦੇ ਵਿੱਚ ਟੁਗੇਦਰ ਵਿਦ ਸੇਫਟੀ ਸੀਟ ਬੈਲਟ ਆਫ ਦਾ ਡਰਾਈਵਰ ਐਂਡ ਦਾ ਕੋਪਾਇਲਟ ਬੀ ਹੈ ਜੀ ਟੁਗੇਦਰ ਵਿਦ ਦਾ ਸੇਫਟੀ ਸੀਟ ਬੈਲਟ ਸੀ ਹੈ ਜੀ ਟੁਗੇਦਰ ਵਿਦ ਦਾ ਹੈਡ ਰੈਸਟ ਇਹਦਾ ਆਨਸਰ ਹੈ ਜੀ ਬੀ ਟੁਗੇਦਰ ਵਿਦ ਦਾ ਸੇਫਟੀ ਸੀਟ ਬੈਲਟ ਅਗਰ ਅਸੀਂ ਸੇਫਟੀ ਸੀਟ ਬੈਲਟ ਦੇ ਨਾਲ ਯੂਜ਼ ਕਰਦੇ ਆ ਸੇਫਟੀ ਸੋਰੀ ਸੇਫਟੀ ਸੀਟ ਬੈਲਟ ਨੂੰ ਯੂਜ਼ ਕਰਦੇ ਆ ਗੱਡੀ ਦੇ ਵਿੱਚ ਤਾਂ ਜਿਹੜੀ ਆਪਣੇ 에ਅਰ ਬੈਗ ਹੈਗੇ ਆ ਉਹ ਗਰੰਟੀਡ ਹੀ ਖੁੱਲਣਗੇ ਖੁੱਲਣਗੇ ਅਗਰ ਐਕਸੀਡੈਂਟ ਹੁੰਦਾ ਹੈ ਤਾਂ ਨੈਕਸਟ ਕੁਐਸਚਨ ਹੈ ਜੀ ਯੂ ਆਰ ਨਾਟ ਅਲਾਉਡ ਟੂ ਯੂਜ਼ ਫੁੱਲ ਬੀਮ ਹੈਡਲਾਈਟਸ ਕਿ ਤੁਹਾਨੂੰ ਫੁੱਲ ਬੀਮ ਜਿਹੜੀਆਂ ਲਾਈਟਸ ਹੁੰਦੀਆਂ ਵਾ ਗੱਡੀ ਦੀਆਂ ਤੇਜ ਵਾਲੀਆਂ ਲਾਈਟਸ ਉਹ ਯੂਜ਼ ਕਰਨ ਲਈ ਤੁਸੀ ਅਲਾਉ ਨਹੀਂ ਹੋ ਕਿੰਨਾ ਰੋਡਾਂ ਦੇ ਉੱਪਰ ਏ ਆਪਸ਼ਨ ਹੈ ਜੀ ਵੈਨ ਯੂ ਆਰ ਡਰਾਈਵਿੰਗ ਅਲੋਂਗ ਨੈਰੋ ਰੋਡਸ ਕਿ ਜਦੋਂ ਤੁਸੀਂ ਤੰਗ ਰੋਡ ਦੇ ਉੱਪਰ ਚਲਾ ਰਹੇ ਹੋ ਬੀ ਆਊਟਸਾਈਡ ਆਫ ਸਿਟੀਜ਼ ਇਨਸਾਈਡ ਟਨਲਸ ਐਂਡ ਔਨ ਸਟ੍ਰੈਚਸ ਆਫ ਰੋਡ ਵਿਦ ਟਨਲ ਸਾਈਨ ਸੀ ਹੈ ਜੀ ਔਨ ਅਰਬਰ ਰੋਡਸ ਐਂਡ ਸਾਈਡ ਸਟ੍ਰੀਟਸ ਕਿ ਇਹਦੇ ਵਿੱਚ ਆਨਸਰ ਹੈ ਜੀ ਸੀ ਔਨ ਅਰਬਰ ਰੋਡਸ ਐਂਡ ਸੈਲਫ ਸਟੇਟ ਕਿ ਅਸੀਂ ਵਿਦਨ ਟਾਊਨ ਟਾਊਨ ਜਦੋਂ ਅਸੀਂ ਸ਼ਹਿਰ ਦੇ ਵਿੱਚ ਗੱਡੀ ਚਲਾ ਰਹੇ ਹਾਂ ਉਦੋਂ ਅਸੀਂ ਹਾਈ ਬੀਮ ਲਾਈਟਸ ਨਹੀਂ ਚਲਾ ਸਕਦੇ ਤੇ ਨਾ ਹੀ ਜਿਹੜੀਆਂ ਛੋਟੀਆਂ ਸਟ੍ਰੀਟਸ ਹੁੰਦੀਆਂ ਉਹਨਾਂ ਦੇ ਵਿੱਚ ਜੀ ਠੀਕ ਹੈ ਜੀ ਨੈਕਸਟ ਕੁਐਸਚਨ ਹੈ ਜੀ wind may have a negative effect on your driving and it is more dangerous when ਕਿ ਜਿਹੜੀ wind ਹੈ ਹਵਾ ਚੱਲਦੀ ਹੈ ਜਿਹੜੀ ਉਹ ਤੁਹਾਡੀ ਡਰਾਈਵਿੰਗ ਉੱਤੇ ਉਹਦਾ ਨਕਾਰਾਤਮਕ ਅਸਰ ਪੈਂਦਾ ਹੈ ਤੇ ਹੋਰ ਜਿਆਦਾ ਤੁਹਾਨੂੰ ਮਤਲਬ ਨੁਕਸਾਨ ਕਰ ਸਕਦੀ ਹੈ ਜਦੋਂ ਉਹ ਕਦੋਂ ਗੱਲ ਕਰਦੇ ਹੈ ਕਿ অপਸ਼ਨ A ਦੇ ਵਿੱਚ ਹੈ ਕਿ ਇਟ ਬਲੋਸ ਫਰਮ ਬਿਹਾਈਂਡ ਇਟ B ਹੈ ਜੀ ਇਟ ਬਲੋਸ ਫਰਮ ਅਹੈਡ C ਹੈ ਜੀ ਇਟ ਬਲੋਸ ਫਰਮ ਦਾ ਸਾਈਡਸ অর ਇਨ ਗਸ ਆਨਸਰ ਹੈ ਜੀ ਇਹਦਾ C ਇਟ ਬਲੋਸ ਫਰਮ ਸਾਈਡਸ ਕਿ ਜਦੋਂ ਹਵਾ ਸਾਈਡਾਂ ਤੋਂ ਚੱਲਦੀ ਹੈ ਜਾਂ ਫਿਰ ਇੱਕਦਮ ਝੋਕਾ ਆਉਂਦਾ ਹੈ ਜੀ ਗਸਟਸ ਨੂੰ ਬੋਲਦੇ ਹੈ ਕਿ ਝੋਕਾ ਹਵਾ ਦਾ ਜਿਵੇਂ ਆਪਾਂ ਕਹਿੰਦੇ ਆ ਹਨ ਉਦੋਂ ਜਿਆਦਾ ਡੇਂਜਰਸ ਹੋ ਜਾਂਦੀ ਹੈ ਜੀ ਠੀਕ ਹੈ ਜੀ ਨੈਕਸਟ ਕੁਐਸਚਨ ਹੈ ਜੀ ਵਟ ਡਸ ਥਿਸ ਰੋਡ ਸਾਈਨ ਇੰਡੀਕੇਟ ਕੇ ਰੋਡ ਸਾਈਨ ਜਿਹੜਾ ਆਪਾਂ ਦੇਖ ਰਹੇ ਹਾਂ ਫੋਟੋ ਦੇ ਵਿੱਚ ਇਹ ਤਾਂ ਸਾਨੂੰ ਕੀ ਦੱਸ ਰਿਹਾ ਹੈ অপਸ਼ਨ A ਹੈ ਜੀ ਪਾਸਿੰਗ ਵਿਦਆਊਟ ਸਟਾਪਿੰਗ ਫਾਰਬਿਡਨ B ਹੈ ਜੀ ਇਲੈਕਟ੍ਰੋਨਿਕ ਟੋਲ C ਹੈ ਜੀ ਕ੍ਰੋਸ਼ਨ ਜੈਕਸ਼ਨ ਅਹੈਡ ਇਹਦਾ ਆਨਸਰ ਹੈ ਜੀ B ਇਲੈਕਟ੍ਰੋਨਿਕ ਟੋਲ ਕਿ ਇੱਕ ਸਾਈਨ ਇਲੈਕਟ੍ਰੋਨਿਕ ਟੋਲ ਦਾ ਹੈਗਾ ਤਾਂ ਆਨਸਰ ਹੈ ਜੀ B ਨੈਕਸਟ ਕੁਐਸਚਨ ਹੈ ਜੀ ਆਰ ਯੂ ਅਲਾਉਡ ਟੂ ਕਰਾਸ ਇਫ ਦਾ ਲੈਵਲ ਕਰਾਸਿੰਗ ਬੈਰੀਅਰਸ ਆਰ ਬੀਂਗ ਲੋਅਰਡ ਕੀ ਤੁਸੀਂ ਸੌਰੀ ਕੀ ਤੁਸੀਂ ਅ ਜਦੋਂ ਆਪਣੇ ਰੇਲਵੇ ਦੀ ਪਟੜੀ ਲਾਈਨ ਆਉਂਦੀ ਹੈ ਤੇ ਉੱਥੇ ਜਿਹੜੇ ਬੈਰੀਅਰ ਲੱਗੇ ਹੁੰਦੇ ਆਂ ਅਗਰ ਉਹ ਨੀਵੇਂ ਹੋ ਰਹੇ ਆ ਤਾਂ ਤੁਸੀਂ ਉਸ ਟਾਈਮ ਤੇ ਜਦੋਂ ਉਹ ਨੀਵੇਂ ਹੋ ਰਹੇ ਉਹਨਾਂ ਨੂੰ ਕਰਾਸ ਕਰ ਸਕਦੇ ਹੋ অপਸ਼ਨ ਹੈ ਜੀ ਯੈਸ ਯੂ ਆਰ ਅਲਾਉਡ ਟੂ ਕਰਾਸ ਅੰਟਿਲ ਦੇ ਆਰ ਇਨ ਅ ਹਾਰੀਜ਼ਨਟਲ ਪੋਜੀਸ਼ਨ baji yes as long as you are sure that the train is not approaching caji no when the barrier is moving you are not allowed to cross taida answer hai ji c no when the barriers are moving you are not allowed to cross ke jadon vi barriers move kar rahe chahe upar ja rahe chahe thalle ja rahe tan tusi us road us time te road cross nahi kar sakde you have to wait tanu wait karna payega ji theek hai ji ਅਨਸਰ ਹੋ ਗਿਆ ਸਾਡਾ ਸੀ ਨੈਕਸਟ ਕੁਐਸਚਨ ਹੈ ਜੀ ਕੈਨ ਮੈਡੀਸਿਨ ਵਿਚ ਡਸ ਨਾਟ ਰਿਕੁਆਇਰ ਅ ਮੈਡੀਕਲ ਪਰਸਕ੍ਰਿਪਸ਼ਨ ਅਫੈਕਟ ਯੂਰ ਡਰਾਈਵਿੰਗ ਕਿਹ ਕ ਦਵਾਈ ਜਿਹੜੀ ਕਿ ਤੁਹਾਨੂੰ ਡਾਕਟਰ ਲਿਖ ਕੇ ਦਿੰਦਾ ਹੈ ਨਾਰਮਲੀ ਤਾਂ ਅਗਰ ਉਹ ਡਾਕਟਰ ਨਹੀਂ ਲਿਖ ਕੇ ਦਿੰਦਾ ਤਾਂ ਉਸ ਤਰ੍ਹਾਂ ਦੀ ਦਵਾਈ ਤੁਹਾਡੀ ਡਰਾਈਵਿੰਗ ਅਫੈਕਟ ਕਰਦੀ ਹੈ ਉੱਤੇ ਅਸਰ ਪਾਉਂਦੀ ਹੈ ਜੀ ਆਪਸ਼ਨ ਏ ਹੈ ਜੀ ਨੋ ਬਿਕਾਜ਼ ਦੇ ਡੂ ਨਾਟ ਟੇਕ ਅ ਦਾ ਮੈਡੀਕਲ ਪਰਸਕ੍ਰਿਪਸ਼ਨ b hai ji yes but only if you mix it with alcohol c hai ji yes they may they may have side effects which may affect your driving te da answer hai ji c yes they may have side effects kyun jehdi dawai hai gi a ohde side effect ho sakde hai kyunki tuhanu doctor ne recommend nahi kiti hegi aur eh cheez taddi driving nu bhi affect kar sakdi hai taddi driving de upar bhi asar pa sakdi hai ji answer ho gaya hai da c ਨੰਬਰ ਆਪਣਾ ਲਾਸਟ ਕੁਐਸਚਨ 30 ਨੰਬਰ ਹੈਗਾ ਜੀ ਇਨ ਦਾ ਮੋਸਟ ਜਨਰਲਾਈਜ਼ਡ ਲੇਆਉਟ ਆਫ ਅ ਮੋਟਰਬਾਈਕਸ ਕੰਟਰੋਲ ਦਾ ਐਕਸੀਲੇਟਰ ਇਜ਼ ਐਕਟੀਵੇਟਿਡ ਬਾਏ ਕਿ ਨਾਰਮਲੀ ਜਿਹੜੀਆਂ ਮੋਟਰਬਾਈਕਸ ਹੁੰਦੀਆਂ ਵਾਂ ਉਹਨਾਂ ਦਾ ਜਿਹੜਾ ਆਪਣਾ ਐਕਸੀਲੇਟਰ ਕਰਨ ਵਾਲਾ ਕਰਨ ਲਈ ਜਗ੍ਹਾ ਹੁੰਦੀ ਹੈ ਓਕੇ ਆਪਾਂ ਉਸ ਨੂੰ ਕਿਸ ਚੀਜ਼ ਦੇ ਨਾਲ ਮਤਲਬ ਕਿਸ ਕਿਸਤ ਦੇ ਨਾਲ ਜਾਂ ਕਿਸ ਪੈਰ ਦੇ ਨਾਲ ਅਸੀਂ ਉਹਨੂੰ ਯੂਜ਼ ਕਰਦੇ ਆਂ অপশন এ হ জি ਦਾ ਲੈਫਟ ਹੈਂਡ ਵੀ ਹੈ ਜੀ ਦਾ রাইਟ ਫੁੱਟ ਸੀ ਹੈ ਜੀ ਦਾ রাইਟ ਹੈਂਡ ਤਾਂ ਨਾਰਮਲੀ ਅਸੀਂ ਦੇਖਿਆ ਜਾਵੇ ਤਾਂ ਮੋਟਰਸਾਈਕਲਾਂ ਦੀ ਜਿਹੜੀ ਆਪਣਾ ਅ ਰੇਸ ਹੁੰਦੀ ਹੈ ਤੁਹਾਨੂੰ ਆਈਡੀਆ ਹੋਣਾ ਹੀ ਹੈ ਕਿ রাইਟ ਹੈਂਡ ਦੇ ਨਾਲ ਆਪਾਂ ਦਿੰਨੇ ਆ ਰੇਸ ਠੀਕ ਹੈ ਜੀ ਤੇ ਇਹਦਾ ਆਨਸਰ ਹੋ ਗਿਆ ਜੀ ਸੀ ਤਾਂ ਇਸ ਦੇ ਨਾਲ ਹੀ ਆਪਣਾ ਟੈਸਟ ਹੋ ਗਿਆ ਖਤਮ ਆਪਾਂ ਇੱਕ ਵਾਰੀ ਚੈੱਕ ਕਰ ਲੈਣੇ ਆ ਆਪਣਾ ਰਿਜ਼ਲਟ ਤੇ ਕੁਐਸਚਨ ਆਪਣੇ 30 ਸੀ ਜੀ ਤੇ ਉਹਦੇ ਵਿੱਚੋਂ ਸਾਰੇ ਆਪਣੇ ਸਹੀ ਹੈ ਤੇ ਮੈਂ ਟਰਾਈ ਕੀਤੀ ਹੈ ਕਿ ਜਲਦੀ ਤੋਂ ਜਲਦੀ ਵੀਡੀਓ ਨੂੰ ਖਤਮ ਕੀਤਾ ਜਾ ਸਕੇ ਤਾਂ ਕਿ ਆਪਾਂ ਸਾਰੇ ਕੁਐਸਚਨ ਥੋੜੇ ਟਾਈਮ 'ਚ ਕਵਰ ਕਰ ਸਕੀਏ ਬਟ ਫਿਰ ਵੀ ਅਗਰ ਤੁਹਾਨੂੰ ਕੋਈ ਕੁਐਸਚਨ ਨਹੀਂ ਪਤਾ ਲੱਗਾ ਤਾਂ ਤੁਸੀਂ ਕਮੈਂਟਸ ਦੇ ਵਿੱਚ ਮੈਨੂੰ ਲਿਖ ਸਕਦੇ ਹੋ ਕਿ ਇਸ ਕੁਐਸਚਨ ਨੂੰ ਦੁਬਾਰਾ ਤੋਂ ਦੱਸਿਆ ਜਾਵੇ ਮੈਂ ਡਿਟੇਲ ਦੇ ਵਿੱਚ ਉਹਨੂੰ ਉਹਦੀ ਪੂਰੀ ਡਿਟੇਲ ਤੁਹਾਨੂੰ ਕਮੈਂਟ ਦੇ ਵਿੱਚ ਦੇ ਦੂੰਗਾ ਤੇ ਬਾਕੀ ਮੈਂ ਆਪਣਾ ਨੰਬਰ ਵੀ ਲਿਖ ਕੇ ਦੇ ਰਿਹਾ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਉਸ ਨੰਬਰ ਤੇ ਵੀ ਮੈਨੂੰ ਕਾਲ ਕਰਕੇ ਆਪਣਾ ਡਾਊਟ ਕਲੀਅਰ ਕਰ ਸਕਦੇ ਹੋ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਥੈਂਕਸ ਅ ਲੋਟ